ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਇਸ ਮੁੱਦਾ ਪ੍ਰੋਗਰਾਮ ਵਿੱਚ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਅਸੀਂ ਜਿਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਉਹ ਹੈ ਤਾਂ ਬਹੁਤ ਗੰਭੀਰ, ਪਰ ਸਾਡੀ ਕੋਸ਼ਿਸ਼ ਹੋਏਗੀ ਕਿ ਸਧਾਰਨ ਬੋਲੀ 'ਚ ਆਮ ਜਿਹੜੂ ਸਮਝ ਆ ਸਕੇ, ਕਿਉਂਕਿ ਮਸਲਾ ਸਾਡੇ ਸਾਰਿਆਂ ਦਾ ਹੈ, ਸਾਡੇ ਸਾਰਿਆਂ ਦੇ ਉੱਤੇ ਲਾਗੂ ਹੈ। ਉਹ ਮਸਲਾ ਹੈ ਭਾਰਤ ਦੇ ਸੰਵਿਧਾਨ ਦਾ। 15 ਅਗਸਤ ਸਾਡੀਆਂ ਬਰੂਹਾਂ ਦੇ ਉੱਤੇ ਹੈ, ਦੇਸ਼ ਦੀ ਵੰਡ, ਦੇਸ਼ ਦੀ ਆਜ਼ਾਦੀ ਦੀ ਅਸੀਂ ਜਸ਼ਨ ਮਨਾ ਰਹੇ ਹਾਂ, ਵਧਾਈਆਂ ਦੇ ਰਹੇ ਹਾਂ। ਪਰ ਜਿਹੜਾ ਸੰਵਿਧਾਨ, ਭਾਰਤ ਦਾ ਸੰਵਿਧਾਨ, ਜਿਹੜਾ ਕਿ ਲਿਖਤੀ ਰੂਪ ਵਿੱਚ ਔਰ ਇੱਕ ਬਹੁਤ ਵੱਡਾ ਡਾਕੂਮੈਂਟ ਹੈ, ਔਰ 26 ਜਨਵਰੀ 1950 ਨੂੰ ਜਿਹੜਾ ਲਾਗੂ ਹੋਇਆ, ਉਸ ਸੰਵਿਧਾਨ ਦੇ ਵਿੱਚ ਕੀ ਹੈ, ਸਾਡਾ ਉਹਦੇ ਨਾਲ ਕੀ ਤਲਕ ਹੈ, ਮਾਈਨੋਰਿਟੀਜ਼, ਘੱਟ ਗਿਣਤੀਆਂ, ਅਕਲੀਅਤਾਂ ਬਾਰੇ ਉਹਦੇ ਵਿੱਚ ਕੀ ਪ੍ਰੋਵੀਜ਼ਨਸ ਹਨ, ਸਾਡੀਆਂ ਉਮੀਦਾਂ, ਆਸਾਂ, ਐਸਪੀਰੇਸ਼ਨਸ ਨੂੰ ਕਿੱਥੇ ਤੱਕ ਪੂਰਾ ਕਰਦਾ ਹੈ, ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਬਹੁਤ ਹੀ ਸੀਨੀਅਰ ਸਾਡੇ ਇਸ ਵਿਸ਼ੇ ਦੇ ਮਾਹਿਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਅ ਡਿਪਾਰਟਮੈਂਟ ਦੇ ਡੀਨ ਔਰ ਹੈੱਡ ਆਫ ਡਿਪਾਰਟਮੈਂਟ ਰਹਿ ਚੁੱਕੇ ਡਾਕਟਰ ਕਸ਼ਮੀਰ ਸਿੰਘ ਜੀ, ਉਹ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਹਨ। ਡਾਕਟਰ ਸਾਹਿਬ, ਇਸ ਪ੍ਰੋਗਰਾਮ ਵਿੱਚ ਆਉਣ ਲਈ, ਜਸ ਪੰਜਾਬੀ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਨੂੰ ਜੀ ਆਇਆਂ ਨੂੰ ਔਰ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਚੋਕੇ ਇਹ ਵਿਸ਼ਾ ਸੰਵਿਧਾਨ ਦਾ ਹੈ ਔਰ ਤੁਹਾਡਾ ਵਿਸ਼ਾ ਹੈ, ਤੁਸੀਂ ਇਸ ਨੂੰ ਪੜ੍ਹਦੇ ਵੀ ਰਹੇ ਹੋ, ਪੜ੍ਹਾਉਂਦੇ ਵੀ ਰਹੇ ਹੋ ਔਰ ਇਹਦੇ ਉੱਤੇ ਕੰਮ ਵੀ ਕਰਦੇ ਰਹੇ ਹੋ, ਅਤੇ ਅਸੀਂ ਇਸ ਦੇ ਹਵਾਲੇ ਨਾਲ ਦੇਖੀਏ ਕਿ ਜਿਹੜਾ ਓਵਰਆਲ ਭਾਰਤ ਦਾ ਸੰਵਿਧਾਨ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਇਹਦੇ ਵਿੱਚ 1-2 ਚੀਜ਼ਾਂ ਬੜੀਆਂ ਅਹਿਮ ਹੈ। ਜਦੋਂ ਵੀ ਅਸੀਂ ਇਤਿਹਾਸ ਨੂੰ ਫਰੋਲੀਏ, ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਦੇਸ਼ ਦੇ ਆਗੂਆਂ ਨੇ, ਨੇਤਾਵਾਂ ਨੇ, ਭਾਵੇਂ ਉਹ ਪੰਡਿਤ ਜਵਾਹਰ ਲਾਲ ਨਹਿਰੂ ਹੋਣ, ਭਾਵੇਂ ਮਹਾਤਮਾ ਗਾਂਧੀ ਹੋਣ ਜਾਂ ਹੋਰ ਕੋਈ ਹੋਣ, ਉਹਨਾਂ ਨੇ ਵਾਰ-ਵਾਰ ਇਹ ਗੱਲਾਂ ਕਹੀਆਂ ਸੀ, ਲਿਖਤੀ ਤੌਰ 'ਤੇ ਵੀ ਕਹੀਆਂ ਸੀ ਕਿ ਦੇਸ਼ ਦਾ ਸੰਵਿਧਾਨ ਐਸਾ ਹੋਏਗਾ ਜਿਹਦੇ 'ਤੇ ਤੁਹਾਡੀ ਮਨਜ਼ੂਰੀ ਹੋਏਗੀ। ਪਰ ਹਾਲਾਤ ਬਦਲੇ, ਸਾਡੀ ਮਨਜ਼ੂਰੀ ਸਿੱਖਾਂ ਦੀ ਮਨਜ਼ੂਰੀ ਦੇ ਬਿਨਾਂ ਪਾਸ ਕਰ ਦਿੱਤਾ ਗਿਆ, ਜਿਹਦੇ 'ਤੇ ਸਿੱਖ ਨੁਮਾਇੰਦੇ ਸਰਦਾਰ ਹੁਕਮ ਸਿੰਘ, ਸਰ ਜੋਗਿੰਦਰ ਸਿੰਘ ਮਾਨ ਔਰ ਇੱਕ ਹੋਰ ਸਨ, ਜਿਨ੍ਹਾਂ ਨੇ ਇਸ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਜੀ। ਪਰ ਇਸ ਸਾਰੇ ਹਾਲਾਤ ਦੇ ਵਿੱਚ ਉਹਨਾਂ ਨੇ ਦਸਤਖਤ ਕਿਉਂ ਨਹੀਂ ਕੀਤੇ ਔਰ ਕੀ ਕਾਰਨ ਸੀ, ਇੱਥੋਂ ਸ਼ੁਰੂ ਕਰਕੇ ਤੁਸੀਂ ਇਹਦੇ ਬਾਰੇ ਜਿੰਨੀ ਕੁ ਜਾਣ ਪਛਾਣ ਸਾਡੇ ਦਰਸ਼ਕਾਂ ਨੂੰ ਕਰਾ ਸਕੋ। ਹਾਂਜੀ, ਤੇ ਸਿੱਖ ਰਿਪ੍ਰੈਜ਼ੈਂਟੇਟਿਵ ਸਰਦਾਰ ਹੁਕਮ ਸਿੰਘ, ਜਗਿੰਦਰ ਸਿੰਘ ਮਾਨ ਉਹਨਾਂ ਨੇ ਦਸਤਖਤ ਇਸ ਕਰਕੇ ਨਹੀਂ ਸੀ ਕੀਤੇ ਜੀ, ਕਿਉਂਕਿ ਸਿੱਖਾਂ ਨੂੰ ਹਿੰਦੂਆਂ ਦੇ ਬਰਾਬਰ ਸ਼ਡਿਊਲ ਕਾਸਟ ਦੇ, ਹਿੰਦੂ ਸ਼ਡਿਊਲ ਕਾਸਟ ਹੈ, ਉਹਨਾਂ ਵਾਸਤੇ ਕੋਈ ਰਿਜ਼ਰਵੇਸ਼ਨ ਰੱਖੀਆਂ ਗਈਆਂ ਸੀ ਕਨਸਟੀਟਿਊਸ਼ਨ ਦੇ ਵਿੱਚ ਜੀ। ਸਿੱਖ ਰਿਪ੍ਰੈਜ਼ੈਂਟੇਟਿਵ ਚਾਹੁੰਦੇ ਸੀ ਜਿਹੜੇ ਸਿੱਖ ਸ਼ਡਿਊਲ ਕਾਸਟ ਨੇ ਉਹਨਾਂ ਨੂੰ ਵੀ ਉਹੀ ਰਿਜ਼ਰਵੇਸ਼ਨ, ਉਹੀ ਛੋਟਾ, ਉਹੀ ਉਹਨਾਂ ਦੇ ਇੰਟਰਸਟ ਨੂੰ ਉਸੇ ਤਰ੍ਹਾਂ ਹੀ ਸੇਵਾ ਕੀਤੇ ਜਾਣ ਜਿੱਦਾਂ ਦੇ ਹਿੰਦੂ ਸ਼ਡਿਊਲ ਕਾਸਟ ਦੇ ਕੀਤੇ ਗਏ ਨੇ ਜੀ। ਪਰ ਇਸ ਗੱਲ ਤੋਂ ਪਟੇਲ, ਖਾਸ ਕਰਕੇ ਵੱਲਭ ਭਾਈ ਪਟੇਲ ਜਿਹੜੇ ਉਸ ਵੇਲੇ ਕਾਫ਼ੀ, ਜਿਹਨਾਂ ਦੀ ਸੇਹ ਸੀ ਨਹਿਰੂ ਤੋਂ ਬਾਅਦ, ਉਹਨਾਂ ਲੀਡਰਸ਼ਿਪ ਵੀ ਸੀ ਜੀ, ਸੋ ਇਸ ਗੱਲ ਤੋਂ ਬਿਲਕੁਲ ਮੁਨਕਰ ਸੀ ਉਹ ਔਰ ਬਾਕੀ ਸਾਰੇ ਸਿੱਖਾਂ ਨੂੰ
ਵੱਖਰੇ ਰੱਖਿਆ ਜਾ ਰਿਹਾ ਸੀ ਬੇਸ ਕਰਕੇ ਵੀ ਜੇ ਸਿੱਖ ਸਿੱਖਾਂ ਵਿੱਚ ਛੁੱਟੀਆਂ ਜਾਂ ਤੁਹਾਨੂੰ ਸਿੱਖ ਬਣ ਚੁੱਕੇ ਨੇ ਉਹ ਲੋਕ ਵਾਪਸ ਹਿੰਦੂਇਜ਼ਮ ਦੇ ਵਿੱਚ ਆ ਗਏ ਜੀ ਜੀ ਉਹਨਾਂ ਨੂੰ ਪ੍ਰਾਪਰ ਦੇ ਰਾਈਟ ਨਾਸ ਤੇ ਜਾਣ ਲਈ ਰਿਕੁਐਸਟ ਜਿਹੜੀ ਸੀ ਉਹਨਾਂ ਦੀ ਜੀ ਤੇ ਨਹੀਂ ਸੀ ਕੀਤੀ ਜਾ ਰਹੀ ਇਸੇ ਗੱਲ ਤੋਂ ਗੁੱਸੇ ਹੋ ਕੇ ਫਿਰ ਉਹਨੇ ਸਾਈਨ ਨਹੀਂ ਸੀ ਕੀਤੇ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੂੰ ਮੋਰਚਾ ਹੋਣਾ ਪਿਆ ਸੀ ਜੀ 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 ਬਿਲਕੁਲ ਸਹੀ 1953 ਦੇ ਵਿੱਚ ਫਿਰ ਇਹ ਗੱਲ ਮੰਨੀ ਗਈ ਸੀ ਸੋ ਪਹਿਲਾਂ ਜੇ ਸ਼ੁਰੂਆਤ ਜਿੱਥੋਂ ਹੋਈ ਹੈ 50 ਦੇ ਵਿੱਚ ਗਈ ਸੀ ਤੇ ਸਿਰਫ ਇੱਕ ਹਿੰਦੂ ਹੀ ਸ਼ਡਿਊਲ ਕਾਸਟ ਸਕਦਾ ਹੈ ਤੇ ਉਹਨੂੰ ਉੱਥੀਆਂ ਰਿਜ਼ਰਵੇਸ਼ਨ ਸੀ ਉਹਨੂੰ ਅਵੇਲੇਬਲ ਹੋਣਗੀਆਂ ਇਕੱਲੇ ਸਿਰਫ ਹਿੰਦੂ ਸ਼ਡਿਊਲ ਕਾਸਟ ਨੂੰ ਬਿਲਕੁਲ ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਸਰਦਾਰ ਹੁਕਮ ਸਿੰਘ ਦਾ ਇਹ ਆਊਟ ਆਫ ਰੈਫਰੈਂਸ ਤਾਂ ਨਹੀਂ ਕਿਹਾ ਜਾ ਸਕਦਾ ਪਰ ਜਿਵੇਂ ਤੁਸੀਂ ਦੱਸਿਆ ਪਹਿਲਾਂ ਉਹਨਾਂ ਨੇ ਦਸਤਖਤ ਕਰਨ ਤੋਂ ਇਨਕਾਰ ਕੀਤੇ ਬਾਅਦ ਵਿੱਚ ਉਸੇ ਸੰਵਿਧਾਨ ਦੀ ਸਹੁੰ ਚੁੱਕ ਕੇ ਉਹ ਜਦੋਂ ਡਿਪਟੀ ਸਪੀਕਰ ਬਣੇ ਔਰ ਉਸ ਵੇਲੇ ਉਹਨਾਂ ਦੀ ਜਿਹੜੀ ਸਪੀਚ ਸੀ ਪਾਰਲੀਮੈਂਟ ਦੀ ਉਹਦੇ ਵਿੱਚ ਸੀਗਾ ਕਿ ਮੇਰੇ ਭਰਾ ਦਾ ਨਾਮ ਮੱਗਰ ਰਾਮ ਹੈ ਮੇਰੇ ਘਰ ਹੁੱਕਾ ਪਿਆ ਜਿਨ੍ਹਾਂ ਲੋਕਾਂ ਨੇ ਮੇਰੇ ਕਪੂਰਥਲੇ ਵਾਲਾ ਮਕਾਨ ਦੇਖਿਆ ਉਹ ਹੁੱਕਾ ਪਿਆ ਦੇਖ ਕੇ ਬੜੇ ਹੈਰਾਨ ਹੁੰਦੇ ਹੈ ਸਾਨੂੰ ਅਗਰ ਹਿੰਦੂ ਲਾਅ ਦੇ ਅੰਦਰ ਅਗਰ ਹਿੰਦੂਆਂ ਵਿੱਚ ਸ਼ਾਮਿਲ ਕੀਤਾ ਜਾਂਦਾ ਇਹਦੇ ਵਿੱਚ ਮਾੜੀ ਕਿਹੜੀ ਗੱਲ ਹੈ ਐਡੀ ਵੱਡੀ ਕੌਮ ਸਾਨੂੰ ਆਪਣਾ ਹਿੱਸਾ ਸਮਝਦੀ ਇਹਦੇ 'ਚ ਕੀ ਗਲਤ ਗੱਲ ਹੈ ਔਰ ਉਹਦੇ ਬਾਅਦ ਉਹ ਡਿਪਟੀ ਸਪੀਕਰ ਸਪੀਕਰ ਉਹ ਬਾਅਦ ਵਿੱਚ ਗਵਰਨਰ ਵੀ ਬਣੇ ਖੈਰ ਉਹ ਵੱਖਰੀ ਗੱਲ ਹੈ ਮੈਂ ਡਾਕਟਰ ਸਾਹਿਬ ਇਹ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਕਿ ਸੰਵਿਧਾਨ ਦੇ ਵਿੱਚ ਕਾਫੀ ਪ੍ਰੋਵੀਜ਼ਨਸ ਹੈਗੀਆਂ ਮਿਨੋਰਿਟੀਜ਼ ਦੀਆਂ ਧਾਰਮਿਕ ਰਾਈਟਸ ਦੂਜੇ ਤੀਜੇ ਉਹਨਾਂ ਦੇ ਐਜੂਕੇਸ਼ਨਲ ਉਹਨਾਂ ਦੀਆਂ ਸੰਸਥਾਵਾਂ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਤੁਸੀਂ ਜੋ ਕਿ ਗੁਰਦੁਆਰਾ ਐਕਟ ਦੇ ਮਾਹਿਰ ਹੋ ਸਾਰਾ ਕੁਝ ਲਿਖਣ ਦੇ ਬਾਵਜੂਦ ਇੱਕ ਲਿਖਤੀ ਤੌਰ ਦੇ ਉੱਤੇ ਆਮ ਤੌਰ 'ਤੇ ਕਿਹਾ ਹੁੰਦਾ ਲਿਖ ਕੇ ਦੇ ਦੇ ਲਿਖ ਕੇ ਵੀ ਦੇ ਦਿੱਤਾ ਸੰਵਿਧਾਨ ਵਿੱਚ ਲਿਖ ਦਿੱਤਾ ਜਿਵੇਂ ਇੱਕ ਛੋਟੀ ਜਿਹੀ ਗੱਲ ਹੈ ਕਿ ਆਮ ਤੌਰ ਦੇ ਉੱਤੇ ਸੰਵਿਧਾਨ ਵਿਆਖਿਆ ਨਹੀਂ ਕਰਦਾ ਕਾਨੂੰਨ ਵਿਆਖਿਆ ਨਹੀਂ ਕਰਦਾ ਕਿਸੇ ਕਲੌਜ਼ ਦੀ ਇਹ ਕੰਮ ਅਦਾਲਤਾਂ ਦਾ ਹੈ ਜਾਂ ਲੋਕਾਂ ਦਾ ਹੈ ਧਾਰਾ 25 ਦੇ ਵਿੱਚ 2B ਦੇ ਵਿੱਚ ਲਿਖ ਵੀ ਦਿੱਤਾ ਕਿ ਕਿਰਪਾਨ ਰੱਖਣੀ ਸਿੱਖ ਦਾ ਅਧਿਕਾਰ ਹੈ ਜਦੋਂ ਸਿੱਖ ਕਿਰਪਾਨ ਰੱਖਦਾ ਉਹ ਆਪਣਾ ਰਿਲੀਜਨ ਪੂਰਾ ਕਰ ਰਿਹਾ ਉਹਦੇ ਬਾਵਜੂਦ ਕਿਉਂ ਵਾਰ ਵਾਰ ਦਿੱਕਤਾਂ ਆਉਂਦੀਆਂ ਕਦੀ ਗੁਰਦੁਆਰਿਆਂ ਦੀ ਲੈਜਿਸਲੇਸ਼ਨ ਦਾ ਫਿਰ ਨਹਿਰੂ ਤਾਰਾ ਸਿੰਘ ਪੈਕਟ ਹੋਣਾ ਪੈਂਦਾ ਕਦੀ ਕੁਛ ਫਿਰ ਇਹ ਸਾਰੀਆਂ ਪ੍ਰੋਬਲਮਸ ਕਿਉਂ ਪੈਦਾ ਹੁੰਦੀਆਂ ਸਰਕਾਰ ਇਹਦੇ 'ਤੇ ਅਮਲ ਨਹੀਂ ਕਰਦੀ ਕਰਨਾ ਨਹੀਂ ਚਾਹੁੰਦੀ ਮੈਂ ਇੱਕ ਕਲੌਜ਼ ਜ਼ਰੂਰ ਖਾਸ ਕਰਕੇ ਕਰਾਂਗਾ ਕਿ ਉਹਦੇ ਵਿੱਚ ਲਿਖਿਆ ਕਿ ਸਰਕਾਰ ਦਾ ਫਰਜ਼ ਹੈ ਕਿ ਧਾਰਮਿਕ ਸਥਾਨਾਂ ਦੀ ਬਿਲਡਿੰਗਾਂ ਦੀ ਰਾਖੀ ਕਰੇ ਪਰ ਸਰਕਾਰ ਖੁਦ ਹੀ ਉਹਨਾਂ ਇਮਾਰਤਾਂ ਨੂੰ 1984 ਦੇ ਵਿੱਚ ਢਾਣਾ ਵੀ ਢਾ ਵੀ ਦਿੱਤਾ ਗਿਆ ਇਸ ਸਾਰੇ ਨੂੰ ਅਸੀਂ ਕਿੱਦਾਂ ਕਿਸ ਨਜ਼ਰੀਏ ਨਾਲ ਦੇਖੀਏ ਜੀ ਬਣਾ ਕੇ ਤੁਸੀਂ ਫਰੀਡਮ ਆਫ ਰਿਲੀਜਨ ਨੂੰ ਨਿਗੇਟ ਕਰ ਸਕਦੇ ਹੋ ਔਰ ਉੱਥੇ
ਕੋਰਟ ਕੋਈ ਕੁਝ ਨਹੀਂ ਕਹੇਗੀ ਤੇ ਉਹ ਬਿਲਕੁਲ ਸਿਰਫ ਇਹ ਹੀ ਨਹੀਂ ਹੈ ਕਿ ਹੋਰ ਸਿੱਖਣਾ ਇਸ ਲਈ ਆਜ਼ਾਦੀ ਉੱਤੇ ਹੈਗੀਆਂ ਨੇ ਉਹ ਇਹ ਹੈਗੀ ਵੀ ਤੁਸੀਂ ਸੋਸ਼ਲ ਤੋਂ ਜੇ ਸੋਸ਼ਲ ਵੈਲਫੇਅਰ ਕਰ ਰਹੇ ਹਾਂ ਅਸੀਂ ਸੋਸ਼ਲ ਰਿਫੋਰਮ ਕਰ ਰਹੇ ਹਾਂ ਜੀ ਜਾਂ ਅਸੀਂ ਉਹਦੇ ਵਾਸਤੇ ਤੁਸੀਂ ਮਤਲਬ ਜੇ ਕੋਈ ਸੋਸ਼ਲ ਵੈਲਫੇਅਰ ਰਿਫੋਰਮ ਨਾ ਲੈਂਦੇ ਹੋ ਤੇ ਉਹਦੇ ਨਾਲ ਤੁਸੀਂ ਸਰਕਾਰ ਆਜ਼ਾਦੀ ਜਿਹੜੀ ਹੈ ਉਹਨੂੰ ਪਿੱਛੇ ਸੋਸ਼ਲ ਰੱਖਦੇ ਹੋ ਉਹਦੇ ਨਾਲ ਉੱਤੇ ਵੀ ਉਸ ਫ੍ਰੀਡਮ ਆਫ ਰਿਲੀਜਨ ਨੂੰ ਵਾਇਲੇਟ ਕਰਨ ਦੇ ਜਿਹੜਾ ਰਾਈਟ ਹੈ ਸਰਕਾਰ ਦੇ ਕੋਲ ਉਹਨਾਂ ਦੇ ਕੋਲ ਹੈਗਾ ਜੀ ਇਸ ਇਸੇ ਤਰ੍ਹਾਂ ਕਹਿੰਦੇ ਜੇ ਅਸੀਂ ਕੋਈ ਰੈਗੂਲੇਟ ਕਰਨੀ ਹੈ ਹੁਣ ਕੋਈ ਸੋਸ਼ਲ ਐਕਟੀਵਿਟੀ ਆਦਤ ਤੇ ਸਾਰੀ ਇਕਨੋਮਿਕ ਪੋਲੀਟੀਕਲ ਐਕਟੀਵਿਟੀ ਨੂੰ ਰੈਗੂਲੇਟ ਕਰਨ ਵਾਸਤੇ ਵੀ ਜਾਂ ਹੋਰ ਸੈਕਟਰ ਐਕਟੀਵਿਟੀ ਨੂੰ ਰੈਗੂਲੇਟ ਕਰਨ ਵਾਸਤੇ ਵੀ ਸਰਕਾਰ ਜਿਹੜੀ ਹੈ ਫ੍ਰੀਡਮ ਆਫ ਰਿਲੀਜਨ ਨੂੰ ਉਹ ਬਾਅਦ ਵਿੱਚ ਪਿੱਛੇ ਛੱਡ ਸਕਦੀ ਹੈ ਅੱਛਾ ਡਾਕਟਰ ਸਾਹਿਬ ਇਹ ਜਿਹੜੀ ਧਾਰਾ 25 ਜੀ 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 ਡਾਕਟਰ ਸਾਹਿਬ ਇੱਕ ਨੁਕਤਾ ਜ਼ਰੂਰ ਤੁਸੀਂ ਕਲੀਅਰ ਕਰੋ ਕਿਉਂਕਿ ਇਹ ਬਹੁਤ ਹੀ ਅਹਿਮ ਹੈ ਇਸ ਧਾਰਾ ਨੂੰ ਲੈ ਕੇ ਸੰਵਿਧਾਨ ਦੀ ਧਾਰਾ ਨੂੰ ਲੈ ਕੇ ਕਾਫੀ ਜਦੋਜਹਿਦ ਵੀ ਹੁੰਦੀ ਰਹੀ ਇਹਨੂੰ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਬਰਨਾਲਾ ਸਾਹਿਬ ਅਤੇ ਹੋਰ ਅਕਾਲੀਆਂ ਨੇ ਇਹਨੂੰ ਸਾੜਿਆ ਵੀ ਇਹਦੇ ਵਿੱਚ ਜਿਹੜੀ ਧਾਰਾ 25-2 ਐਕਸਪਲੇਨੇਸ਼ਨ 2 ਦੇ ਵਿੱਚ ਜਿਹੜਾ ਸਿੱਖ ਲਫਜ਼ ਆਇਆ ਜਿਹਦੇ 'ਤੇ ਆਮ ਇਤਰਾਜ਼ ਕੀਤਾ ਜਾਂਦਾ ਕਿ ਇਹ ਗੱਲ ਸਹੀ ਨਹੀਂ ਬਲਕਿ ਇਹ ਤਾਂ ਸਿੱਖ ਦੀ ਹਸਤੀ ਨੂੰ ਰੈਕੋਗਨਾਈਜ਼ ਕਰਦੀ ਹੈ ਕਿਸੇ ਵੀ ਪੱਖੋਂ ਉਹਨੂੰ ਇਹ ਹਿੰਦੂ ਨਹੀਂ ਮੰਨਦੀ ਪਰ ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਲੈ ਕੇ ਕਿ ਜੇ ਉਹਦੇ 'ਚ ਲਫਜ਼ ਆ ਗਿਆ ਇਹ ਸਾਡੇ ਵਿਰੁੱਧ ਹੈ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਜਿੱਥੋਂ ਤੱਕ ਆਰਟੀਕਲ 25 ਹੈ ਔਰ ਜਿੱਥੋਂ ਤੱਕ ਇਹਦੀ ਵਰਡਿੰਗ ਜਾਂ ਸਵਾਲ ਹੈ ਇਹਦੇ ਵਿੱਚ ਐਪਲੀਕੇਸ਼ਨ ਜਿਵੇਂ ਤੁਸੀਂ ਗੱਲ ਪਹਿਲਾਂ ਕੀਤੀ ਹੈ ਕਿ ਐਪਲੀਕੇਸ਼ਨ ਤੇ ਪ੍ਰੋਪਰ ਨਹੀਂ ਹੋਈ ਉਹ ਤੇ ਸਾਡੀ ਅਗੇਂਸਟ ਹੀ ਗਈ ਹੈ ਫੇਸਬੁੱਕ ਪ੍ਰੈਜੈਂਟੇਸ਼ਨ ਕਰਨੀ ਕੋਈ ਇੰਨੀ ਵਧੀਆ ਨਹੀਂ ਰਹੀ ਜੀ ਪਰ ਲੇਕਿਨ ਇਹਦੀ ਵਰਡਿੰਗ ਜਿਹੋ ਤੱਕ ਹੈ ਕਿ ਵਰਡਿੰਗ ਤੇ ਬੜੀ ਅੱਛੀ ਹੈ ਮੈਂ ਜੇ ਕਹਾਂਗਾ ਜਿਵੇਂ ਐਕਸਪਲੇਨੇਸ਼ਨ 1 ਹੈ ਪਹਿਲਾਂ ਜੀ ਆਰਟੀਕਲ 25 ਦੇ ਦੋ ਐਕਸਪਲੇਨੇਸ਼ਨਾਂ ਨੇ ਪਹਿਲੀ ਐਕਸਪਲੇਨੇਸ਼ਨ ਵਿੱਚ ਕਹਿੰਦੇ ਆ ਵੀਅਰਿੰਗ ਐਂਡ ਕੈਰਿੰਗ ਆਫ ਕਿਰਪਾਨ ਸ਼ੈਲ ਬੀ ਡੀਮਡ ਟੂ ਬੀ ਰਿਕੋਡਡ ਦਾ ਪਰਫੈਕਟ ਆਫ ਸੈਕਰੇਟ ਜੀ 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 ਕਿਸੇ ਰਿਲੀਜੀਅਨ ਨੂੰ ਸਪੈਸੀਫਿਕਲੀ ਉਹਦਾ ਮੈਂਸ਼ਨ ਕਰਕੇ ਉਹਦੇ ਕਿਸੇ ਐਗਰੀਮੈਂਟ ਦੀ ਮੈਂਸ਼ਨ ਕੀਤਾ ਗਿਆ ਹੈ ਤਾਂ ਸਿਰਫ ਸੈਕਰੇਟ ਦੇ ਬਾਰੇ ਕੀਤਾ ਗਿਆ ਸੋ ਤੁਸੀਂ ਇਹ ਬੜਾ ਕਲੀਅਰ ਇਹ ਸਪਸ਼ਟ ਕਰਦੇ ਹੋ ਕਿ ਇਹਦੇ ਵਿੱਚ ਸਿੱਖਾਂ ਨੂੰ ਹਿੰਦੂ ਨਹੀਂ ਮੰਨਿਆ ਗਿਆ ਹਾਂ ਇਹਦੇ ਵਿੱਚ ਕਰ ਕੀ ਇਹ ਸਿਰਫ ਇਹੀ ਗੱਲ ਹੋਈ ਨਾ ਐਕਸਪਲੇਨੇਸ਼ਨ 1 ਵਿੱਚ ਐਕਸਪਲੇਨੇਸ਼ਨ 2 ਦੇ ਵਿੱਚ ਜਿਹੜੀ ਗੱਲ ਹੈ ਉਹਦੇ ਵਿੱਚ ਉਹਨਾਂ ਨੇ ਰੈਫਰੈਂਸ ਦਿੱਤੀ ਹੈ ਵੀ ਕਲਾਸ 2B ਦੇ ਵਿੱਚ ਜਿਹਦੇ ਵਿੱਚ ਕਿਹਾ ਗਿਆ ਵੀ ਸਰਕਾਰ ਕੋਲ ਰਾਈਟ ਹੈਗਾ ਟੂ ਮੇਕ ਦੀ ਲਾਜ਼ ਫਾਰ ਥਰੋਇੰਗ ਓਪਨ ਆਫ ਹਿੰਦੂ ਰਿਲੀਜੀਅਸ ਇੰਸਟੀਟਿਊਸ਼ਨ ਟੂ ਆਲ ਦਾ ਸੈਕਸ਼ਨ ਜੀ 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 ਸਰਕਾਰ ਕਾਨੂੰਨ ਬਣਾ ਸਕਦੀ ਹੈ ਵੀ ਸਾਰੇ ਹੀ ਜਿਹੜੇ ਲੋਕ ਨੇ ਉਹ ਹਿੰਦੂ ਜਿਹੜਾ ਟੈਂਪਲ ਹੈ ਜਾਂ ਟੈਂਪਲ ਹੈ ਉਹਦੇ ਵਿੱਚ ਆ ਜਾ ਸਕਦੇ ਨੇ ਤੇ ਨਾਲ ਹੇਠਾਂ ਐਕਸਪਲੇਨੇਸ਼ਨ 2 ਲਿਖ ਦਿੱਤਾ ਹੈ ਜਦ ਤੁਸੀਂ ਹਿੰਦੂ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਸਮਝ ਲਿਆ ਜਾਵੇ ਕਿ ਇਹ ਗੱਲ ਸਿੱਖਾਂ ਗਿਆਨਾਂ ਦੇ ਬੋਧੀਆਂ ਦੇ ਰਿਲੀਜਨ ਵਾਲੇ ਲੋਕਾਂ ਦੇ ਵੀ ਲਾਗੂ ਹੈ ਇਹਦਾ ਮਤਲਬ ਕਾਨੂੰਨ ਐਕਸਪਲੇਨੇਸ਼ਨ 2 ਦੇ ਵਿੱਚ ਗੱਲ ਸਪੈਸੀਫਿਕਲੀ ਵਰਡ ਲਿਖਿਆ ਜੀ ਜੈਨ ਔਰ ਬੁੱਧਿਸਟ ਰਿਲੀਜਨ ਜੀ ਇਹਦਾ ਮਤਲਬ ਉਹਨਾਂ ਦੀ ਹਸਤੀ ਨੂੰ ਮੰਨ ਰਿਹਾ ਹੈ ਜੀ ਇਹਦਾ ਜੀ ਉਹਨਾਂ ਨੂੰ ਰੈਕੋਗਨਾਈਜ਼ ਕਰ ਰਿਹਾ ਤਾਂ ਉਹਦੇ ਵਿੱਚ ਮੈਂ ਇੱਕ ਗੱਲ ਕਰਨੀ ਚਾਹਾਂਗਾ ਕਿ ਜਿੱਥੋਂ ਤੱਕ ਇਹ ਸਾਧ ਸੁਣਾਉਣ ਵਾਲੀ ਗੱਲ ਸੀ ਜਾਂ ਆਦਮੀਆਂ ਦਾ ਰੌਲਾ ਪਾਉਣ ਵਾਲੀ ਗੱਲ ਸੀ ਇਹ ਤਾਂ ਗੱਲ ਕਹਿਣਾ ਵੀ ਸਾਨੂੰ ਸਾਡੇ ਰਿਲੀਜਨ ਨੂੰ ਇੰਡੀਪੈਂਡੈਂਟ ਰਿਲੀਜਨ ਨਹੀਂ ਕਾਨਸਟੀਟਿਊਸ਼ਨ ਨੇ ਮੰਨਿਆ ਇਹ ਗੱਲ ਨਹੀਂ ਮੈਂ ਮੰਨਦਾ ਮੈਂ ਤਾਂ ਕਹਿੰਦਾ ਰਿਲੀਜਨ ਨੇ ਮੱਕੇ ਨੂੰ ਮੰਨਿਆ ਹੈ ਬਿਲਕੁਲ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਇੱਕ ਛੋਟਾ ਜਿਹਾ ਵਕਫਾ ਮੇਰੀ ਇਹ ਗੱਲ ਹੋ ਸਕਦਾ ਪਲੀਜ਼ ਜੀ ਤੇ ਐਕਸਪਲੇਨੇਸ਼ਨ 2 ਦੀ ਲੋੜ ਨਹੀਂ ਸੀ ਇੱਥੇ ਹੈਗੀ ਇਹਦੇ ਵੇ ਦੇ ਵਿੱਚ ਸਿੱਖ ਦਾ ਨਾਮ ਲਿਖਣ ਦੀ ਲੋੜ ਇਸ ਕਰਕੇ ਨਹੀਂ ਸੀ ਹੈਗੀ ਤੇ ਸਾਡੇ ਜਿਹੜੇ ਰਿਲੀਜੀਅਸ ਐਸੋਸੀਏਸ਼ਨ ਉਹਦੇ ਪਹਿਲੇ ਖੁੱਲੇ ਨੇ ਸਿਰਫ ਸਿੱਖਾਂ ਵਾਸਤੇ ਸੀ ਉਹ ਤਾਂ ਸਾਰੀ ਦੁਨੀਆ ਦੇ ਹਰ ਇੱਕ ਬੰਦਾ ਹੀ ਉੱਥੇ ਆ ਜਾ ਸਕਦਾ ਹਾਂਜੀ ਹਾਂਜੀ ਉਹਨਾਂ ਵਾਸਤੇ ਲਾ ਪਾਸ ਕਰਕੇ ਉਹਨਾਂ ਨੂੰ ਖੁੱਲਣ ਵਾਸਤੇ ਜੀ ਤੇ ਕੋਈ ਲਾ ਪਾਸ ਕਰਨ ਦੀ ਸਰਕਾਰ ਨੂੰ ਲੋੜ ਹੀ ਨਹੀਂ ਸੀ ਜੀ ਇਸ ਕਰਕੇ ਮਿਸਪਲੇਸਡ ਹੈ ਜਿਵੇਂ ਮੁਸਲਮਾਨਾਂ ਦੇ ਜਾਂ ਇਸਾਈਆਂ ਦਾ ਨਾਮ ਨਹੀਂ ਹੈਗਾ ਉੱਥੇ ਸਾਡਾ ਸਿੱਖਾਂ ਦਾ ਇਹਦੇ ਵਿੱਚ ਨਾਮ ਨਹੀਂ ਜਾਣਾ ਚਾਹੀਦਾ ਇੰਡੀਪੈਂਡੈਂਟ ਰਿਲੀਜਨ ਤਾਂ ਸਾਡਾ ਹੈ ਹੀ ਠੀਕ ਹੈ ਇਹਦੇ ਤੇ ਲਾਭ ਨਾ ਇਸ ਕਰਕੇ ਵੀ ਇਹਨਾਂ ਦੇ ਐਸੋਸੀਏਸ਼ਨ ਬੰਦ ਨੇ ਨਾ ਖੁੱਲਣ ਵਾਸਤੇ ਜੀ ਇਹ ਤੇ ਇੱਕ ਖਾਸ ਕਰਕੇ ਸਾਡੇ ਰਿਲੀਜਨ ਨੂੰ ਗਲਤ ਪੱਖ ਤੋਂ ਮਤਲਬ ਗੱਲਬਾਤ ਗਈ ਹੈ ਵੀ ਇਹਨਾਂ ਦੇ ਵਾਸਤੇ ਵੀ ਲੋੜ ਹੈ ਲਾਭ ਨਾਣ ਦੀ ਠੀਕ ਹੈ ਕਿਉਂਕਿ ਇਹਨਾਂ ਦੇ ਜੀ ਜੀ ਸਾਰੇ ਲੋਕਾਂ ਨੂੰ ਤੇ ਜਾਣ ਦਾ ਹੱਕ ਨਹੀਂ ਜਿਵੇਂ ਪਰ ਇਹ ਸਾਡੇ ਸਾਰੇ ਅਸੀਂ ਆਪਣੇ ਰਿਲੀਜਨ ਕੇ ਜਿਹੜੇ ਤੁਸੀਂ ਲੋਕਾਂ ਨੂੰ ਇਨਵਾਈਟ ਕਰਦੇ ਹੋ ਜਾਓ ਸਾਡੇ ਠੀਕ ਤੁਸੀਂ ਆ ਸਕਦੇ ਹੋ ਸੋ ਤੁਹਾਡਾ ਮਤਲਬ ਇਹ ਇਸ ਦੇ ਨਾਲ ਸਿੱਖਾਂ ਦੀ ਵੱਖਰੀ ਹੋਂਦ ਜਾਂ ਪਛਾਣ ਨੂੰ ਕੋਈ ਖਤਰਾ ਨਹੀਂ ਹੈ ਇਸ ਕਲਾਜ਼ ਦੇ ਨਾਲ ਆ ਐਕਸਪਲੇਨੇਸ਼ਨ 2 ਦੇ ਨਾਲ ਖਤਰਾ ਨਹੀਂ ਪਰ ਲੇਕਿਨ ਇਹ ਹੈ
प्रोजेक्शन प्रोजेक्शन गलत है जी जी बिल्कुल। अच्छा डॉक्टर साहब एक छोटा जा वक्फा लवेंगे और उसके बाद मुड़ हाजिर होने हैं। तुसी बहुत ही गंभीर और अहम मसले और कई भुलेखे दूर करते जा रहे हो। आपका बहुत बहुत शुक्रिया धन्यवाद। एक छोटा जा वक्फा जी लाइन पर रहो। तुसी जस पंजाबी दे सूझवान दर्शकों का वक्फे के बाद निघा स्वागत है। डॉक्टर कश्मीर सिंह जी जेड़े हैड ऑफ द डिपार्टमेंट लॉ और डीन रहे हैं गुरु नानक देव यूनिवर्सिटी के दे, कॉन्स्टिट्यूशन संविधान और गुरद्वारा एक्ट के माहिर हैं। वो साढ़े नाल विशेष मेहमान के तौर के उत्ते बहुत ही गुंझलदार पेचीदा जड़िया धारावान हैं उन्होंने बारे गल कर रहे हैं। भारत के संविधान के घट गिणतियों के बारे उन्होंने भाषा बारे उन्होंने अधिकारों बारे बहुत कुछ लिखा है पर जो अमल के गल आती है तो फिर वो लगता है कि दोनों का तालमेल नहीं हो रहा। डॉक्टर साहब दो सवाल बड़े जुड़वे जे हैं कि किसी भी मुल्क दे संविधान दी प्रीएम्बल उदी बुनियाद होंदी है उदी नहीं होंदी है पर एक की कारण है कि 1977 दे विच भारत दे संविधान दा प्रीएम्बल चेंज करके बुनियाद चेंज करके उदे विच दो लफ्ज़ वाड़े गए 1977 दे विच एक सैकुलर एक सोशलिस्ट। की देश पहले सैकुलर नहीं सी की 1977 तो बाद ये सैकुलर हो गया कि उदो बाद मिनोरिटीज़ दे सारे राइट प्रोटेक्ट हो गए खास करके जदों इस संविधान की धारा 26 दे विच लिखिया है कि मिनोरिटीज़ दियाँ रिलीजियस इंस्टीट्यूशनस नू प्रोटेक्शन दित्ती जाएगी ते उदे बाद फिर जो कुछ मिनोरिटीज़ दे नाल होया गुरद्वारा एक्ट दे विच जो तरमीमां होईयां या जो कुछ मुदाखलत हुंदी है इस नू तुसी सारे नू पूरे ओवरऑल सीन नू किस तरह लैंदे हो मिनोरिटीज़ दे परिपेक्ष चो। ਪ੍ਰੀਐਂਬਲ ਵਿੱਚ ਅਮੈਂਡਮੈਂਟ ਕਰਨ ਦੀ ਗੱਲ ਕੀਤੀ ਹੈ ਇਹ ਜਿਹੜੀ 42nd ਅਮੈਂਡਮੈਂਟ ਕੀਤੀ ਸੀ ਇਹਨਾਂ ਨੇ 1976 ਦੇ ਵਿੱਚ ਜੀ ਜਿਸ ਵੇਲੇ ਇੰਡੀਆ 'ਚ ਐਮਰਜੈਂਸੀ ਲੱਗੀ ਸੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਹੋਈ ਸੀ ਔਰ ਉਹਨੇ ਕਾਂਸਟੀਟਿਊਸ਼ਨ ਨੂੰ ਸਾਰੇ ਨੂੰ ਉਲਟ ਪੁਲਟ ਕਰਨ ਦੀ ਕੋਸ਼ਿਸ਼ ਕੀਤੀ ਸੀ ਸਵਰਨ ਸਿੰਘ ਕਮੇਟੀ ਬਣਾ ਕੇ ਸਵਰਨ ਸਿੰਘ ਕਮੇਟੀ ਨੇ ਰਿਪੋਰਟ ਦਿੱਤੀ ਉਹਦੇ ਅਕੋਰਡਿੰਗ ਤੋਂ ਇਹਨੇ ਪ੍ਰੀਐਂਬਲ ਦੇ ਵਿੱਚ ਦੋ ਵਰਡ ਲਿਖ ਦਿੱਤੇ ਇੱਕ ਸਾਵਰਨ ਔਰ ਸੋਸ਼ਲਿਸਟ ਸੋਸ਼ਲਿਸਟ ਤੋਂ ਪਹਿਲਾਂ ਹੀ ਰਾਸ਼ੀ ਇਹਨਾਂ ਨੇ ਨਾਲ ਲਿਖਤੇ ਸੈਕੂਲਰ ਸੋਸ਼ਲਿਸਟ ਨਵੇਂ ਵਰਡ ਐਡ ਕੀਤੇ ਜੀ ਸੋ ਇਹਦੇ ਨਾਲ ਸੈਕੂਲਰ ਕੁਝ ਜ਼ਿਆਦਾ ਨਹੀਂ ਹੋ ਗਿਆ ਕਾਨਸਟੀਟਿਊਸ਼ਨ ਜਿੰਨਾ ਸੈਕ ਪਹਿਲਾਂ ਸੁਣਨਾ ਇਹਦੇ ਤੋਂ ਬਾਅਦ ਜਿਹੜਾ ਹੈ ਕਾਨਸਟੀਟਿਊਸ਼ਨ ਦੇ ਨੇਚਰ 'ਚ ਕੋਈ ਚੇਂਜ ਨਹੀਂ ਆਈ ਇਸ ਵਾਰ ਨਾਲ ਇਹ ਰਾਧਾ ਹਾਸੋ ਦੀ ਗੱਲ ਹੈ ਜੀ ਉਹ ਬਾਅਦ ਵਿੱਚ ਜੋ ਕੁਝ ਲਿਖਿਆ ਹੈ ਉਸ ਤੇ ਲਿਖਿਆ ਰਿਹਾ ਦੈਟ ਵੀ ਜੀ ਦ ਪੀਪਲ ਆਫ ਇੰਡੀਆ ਗਿਵ ਟੂ ਆਵਰ ਸੈਲਫ ਆਵਰ ਸੈਲਫ ਜੀ ਇਸ ਕਾਨਸਟੀਟਿਊਸ਼ਨ ਔਨ ਨੰਬਰ 26 1949 ਜੀ ਇਹ ਦਾ ਬਾਅਦ ਉੱਤੇ ਜਾ ਰਿਹਾ ਸੀ ਪਰ ਉਸ ਦਿਨ ਇਹ ਸੈਕੂਲਰ ਦਾ ਮਤਲਬ ਨਹੀਂ ਸੀ ਹੈਗਾ ਅੱਜ ਸੈਕੂਲਰ ਬਣਿਆ ਜੀ ਜੀ 76 ਬਣਿਆ 49 ਜਿਹਨੇ ਕੀ ਹੈਗਾ ਜੀ ਤੋਂ ਇਹ ਗੱਲ ਜ਼ਿਆਦਾ ਠੀਕ ਨਹੀਂ ਸੀ ਨਾ ਲੋੜ ਨਹੀਂ ਸੀ ਗੈਰ ਨੂੰ ਇਹ ਦੀ ਕੋਈ ਜ਼ਰੂਰਤ ਹੀ ਨਹੀਂ ਸੀ ਇਹ ਐਡ ਕਰਨ ਦੀ ਜੀ ਤੇ ਨਾਲ ਦੂਜੀ ਗੱਲ ਇਹ ਵੀ ਇਹਦੇ ਨਾਲ ਕੋਈ ਜ਼ਿਆਦਾ ਇਹ ਸੈਕੂਲਰ ਬਣਿਆ ਨਹੀਂ ਜੀ ਕਿੰਨਾ ਸੈਕੂਲਰ ਹੈਗਾ ਸੀ ਉਹਨਾਂ ਹੀ ਰਿਹਾ ਪਹਿਲਾਂ ਤੇ ਜਿੱਥੋਂ ਤੱਕ ਮਤਲਬ ਕਾਨਸਟੀਟਿਊਸ਼ਨ ਦੇ ਵਿੱਚ ਸੈਕੂਲਰ ਹੋਣਾ ਜਾਂ ਉਹ ਉਹੀ ਆਰਟੀਕਲ 25 ਤੋਂ 28 ਤੱਕ ਜਿਹੜੀਆਂ ਉਹ ਫ੍ਰੀਡਮ ਆਫ ਰਿਲੀਜਨ ਦੀਆਂ ਆਰਟੀਕਲ 4 ਜੀ ਉਹਦੇ ਨਾਲ ਉਹਦੇ ਵਿੱਚ ਸੈਕੂਲਰਿਜ਼ਮ ਉਹਦੇ ਵਿੱਚ ਲੱਭਣਾ ਦੀ ਲੋੜ ਹੈ ਪਰ ਜਿੱਥੋਂ ਤੱਕ ਉਹ ਹੈ ਉਹ ਇਹਦੇ ਨਾਲ ਬਿਲਕੁਲ ਇਫੈਕਟ ਨਹੀਂ ਹੋਈਆਂ ਇਸ ਵਰਡ ਦੇ ਨਾਲ ਇਸ ਤੋਂ ਚੈਕ ਕਰਕੇ ਜੀ ਜੀ ਸੋ ਸੈਕੂਲਰ ਜਿਹੜੇ ਸੈਕੂਲਰ ਦੀ ਡੈਫੀਨੇਸ਼ਨ ਇੰਡੀਆ ਦਾ ਕਾਨਸਟੀਟਿਊਸ਼ਨ ਜਿੰਨਾ ਸੈਕੂਲਰ ਹੈ ਜੀ ਅਮਰੀਕਾ ਦੇ ਕਾਨਸਟੀਟਿਊਸ਼ਨ ਸੈਕੂਲਰ ਹੋਣ ਦੇ ਨਾਲ ਜਾਂ ਹੋਰ ਸੈਕੂਲਰਿਜ਼ਮ ਦੀ ਡੈਫੀਨੇਸ਼ਨ ਹੈ ਉਹਦੇ ਨਾਲ ਇਹ ਬਰਾਬਰ ਨਹੀਂ ਰੱਖਦੇ ਤੋਂ ਤੇ ਇਹ ਕਿ ਇੰਡੀਆ ਦਾ ਕਾਨਸਟੀਟਿਊਸ਼ਨ ਹੈ ਤੇ ਇਹ ਰਿਲੀਜੀਅਸ ਕਿਸ ਨਹੀਂ ਹੈਗਾ ਜੀ ਕਿਉਂਕਿ ਕਈ ਵਾਰ ਦੇਸ਼ਾਂ ਦੇ ਸੈਕੂਲਰ ਵਰਡ ਨੂੰ ਨਾਨ ਰਿਲੀਜੀਅਸ ਇਹ ਰਿਲੀਜੀਅਸ ਮੰਨਦੇ ਜੀ 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 ਸੋ ਜਿਵੇਂ ਤੁਸੀਂ ਕਹਿ ਰਹੇ ਸੀ ਜੀ ਇਹਦੇ ਅੰਦਰ ਇਹਨਾਂ ਨੇ ਪਾਵਰ ਗੁਰਦੁਆਰਾ ਲਾ ਬਣਾਉਣ ਦੀ ਦਿੱਤੀ ਕਰਦੀ ਇਹ ਪਾਵਰ ਸਪੈਸੀਫਿਕਲੀ ਮੈਂਸ਼ਨ ਕੀਤੀ ਹੈ ਉਹਨਾਂ ਨੇ ਬਈ ਫਰ ਸੋਸ਼ਲ ਵੈਲਫੇਅਰ ਰਿਫਾਰਮ ਫਾਰ ਫੈਮ ਉਹ ਪਰੇਡ ਇੰਸਟੀਟਿਊਸ਼ਨ ਇਹ ਆਰਟੀਕਲ 25 ਸਾਰਾ ਕੁਝ ਲਿਖਿਆ ਹੈ ਜੀ ਔਰ
नहीं पावर तो है जी, जी, जी अच्छा डॉक्टर साहब एक सवाल बड़ा छोटा जिहा है और असी चाहवांगे समा इजाजत नहीं दे रहा पर बहुत ही अहम है। 1975 जदों एमरजेंसी लगी तो उस दे विच पंजाब ने अक्षरोमणी अकाली दल ने बहुत वड्डी जदोजहद विच हिस्सा लिया बल्कि उस वेले दे जिहड़े अपोजिशन दे आगू सी ओह वी दरबार साहब विच सन और श्रोमणी अकाली दल दी अगवाई विच ओह जदोजहद एमरजेंसी दे खिलाफ ਕੀਤੀ ਗਈ ਪਰ ਬਾਅਦ ਵਿੱਚ ਬੜੀ ਹੈਰਾਨੀ ਦੀ ਗੱਲ ਹੈ ਕਿ 44th ਅਮੈਂਡਮੈਂਟ ਸੰਵਿਧਾਨ ਦੀ ਉਹਦੇ ਨਾਲ ਲਾਗੂ ਹੋਇਆ ਔਰ 63rd ਅਮੈਂਡਮੈਂਟ ਤੱਕ ਜਿਹੜਾ ਕਿ 20 June 1979 ਤੋਂ ਲੈ ਕੇ 6 January 1990 ਤੱਕ 11 ਸਾਲ ਲਗਾਤਾਰ 11 ਸਾਲ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਰਹੀ ਕਿਸੇ ਨੇ ਅੱਜ ਤੱਕ ਜ਼ਿਕਰ ਨਹੀਂ ਕੀਤਾ ਨਾ ਅਪੋਜੀਸ਼ਨ ਵਾਲਿਆਂ ਨੇ ਨਾ ਸ਼੍ਰੋਮਣੀ ਅਕਾਲੀ ਦਲ ਨੇ। मतलब कमाल है कि जदों बाकियां दे उत्ते एमरजेंसी लगी हर कोई उदी गल कर रहा है पर जदों कल्ले पंजाब दे उत्ते कल्ले पंजाब नूं चुन के उदे ते एमरजेंसी लगा के सारे अधिकार लाए गए और उस दौरान जो कुछ भी उत्ते दुखांत वापरिया सारियां कुछ होया ब्लू स्टार होया सारियां ऑपरेशनस होईयां इहनूं तुसीं किस नज़रिए तो देखदे हो कि पंजाब देश दा हिस्सा नहीं कि पंजाब दे लोक देश दे हिस्सा नहीं या दूजे देश दे दूजे जिहड़े वासी हन उह पंजाब नूं अपना हिस्सा नहीं समझदे इहदी वक्खरे दी लोड़ क्यों पई इहनूं असीं संखेप विच आप अगर सानूं अगर दस सको तो बहुत बहुत धन्यवाद होए। ठीक है डॉक्टर साहब तुहाडा ये बड़े मैनू जापदा है कि औखा सबजैक्ट पर आम सधारण साढ़े बोली विच दर्शकों तक पहुँचाना और ये जरूरी सी इसलिए समा कढ़न लई
आप का बहुत बहुत धन्यवाद। जस पंजाबी दे परिवार वालों असी आप का आप से मशहूर हाँ, आप दे शुक्रगुजार हाँ। सत श्रीकाल जी, बहुत थैंक यू सारे दर्शकों के नाल मेरी गलबात करवाने का सीगा, मैं जरूर करना जी जी, ठीक है, धन्यवाद, थैंक यू सर, सत श्रीकाल। सो प्यारे दर्शकों, इस डॉक्टर कश्मीर सिंह समा है एक छोटे जे ब्रेक का, और उदे बाद तुसी सानू कॉल कर सकते हो स्टूडियो दे दिते नंबर ते 7187865221 दे उत्ते असी आपको कॉल। जस पंजाबी दे सूझवान दर्शकों का वक्फे दे बाद निघा स्वागत है। तुसी सानू कॉल कर सकते हो स्टूडियो दे दिते हुए नंबर ते 7187865221 दे उत्ते। हैलो जी, वाहेगुरु जी की फतेह। कौन बोल रहे जी? मैं चांसा बोल रहा जी। हाँ जी, कितों वीर जी? हाँ जी, हुक्म करो जी। लंबा साहब संविधान बारे मैं की गल करनी, संविधान का जो है तुम्हें पता ही साढ़े की होंगे, संविधान के अंदर ही हो गया सब कुछ हो रहा जी जी। बाकी एक जो सुखियां दसिया की जी, सुखी एक बड़ी मैंने तुम दसी बात केड़ी जी? हाँ जी हाँ जी हाँ जी हाँ जी, ठीक। हूँ कह रहे हैं ना, हूँ कहना शुरू कर दिता जी 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 जी, ठीक। हाँ जी हाँ जी, ठीक है ठीक है जी जी जी, ठीक। चल चलो गल तो उन्होंने कह के जेड़ा भी पंजाब दे हितां दी, हाँ नहीं, पर एक गल तो देखो सही है ना कि जेडे भी पंजाब दे हितां दी गल करदे सी ਉਹਨਾਂ ਨੂੰ ਅੱਤਵਾਦੀ ਵੱਖਵਾਦੀ ਕਿਹਾ ਜਾਂਦਾ ਸੀ। ਗੱਲ ਤਾਂ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਕੀਤੀ ਨਾ। ਚਲੋ ਚੋਣਾਂ ਆ ਰਹੀਆਂ ਹੈਗੀਆਂ, ਉਹ ਤੁਸੀਂ ਆਪਣੀ ਕਾਰਵਾਈ ਕਰ ਸਕਦੇ। ਬਹੁਤ ਬਹੁਤ ਧੰਨਵਾਦ ਤੁਹਾਡੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਠੀਕ, ਅੱਛਾ ਹੁਣ ਇਜਾਜ਼ਤ ਹੈ, ਹੋਰ ਦੂਜੀ ਕਾਲ ਲੈ ਲਈਏ। ਹੈਲੋ ਜੀ, ਤੁਸੀਂ ਆਵਾਜ਼ ਕੱਟ ਕਰਕੇ ਗੱਲ ਕਰੋਗੇ ਜੀ? ਕੌਣ ਬੋਲ ਰਹੇ? ਹੈਲੋ, ਹਾਂਜੀ, ਤੁਸੀਂ ਟੀ ਵੀ ਦੀ ਆਵਾਜ਼ ਕੱਟ ਕਰੋ, ਆਵਾਜ਼ ਗੂੰਜ ਰਹੀ ਹੈ, ਵਾਪਸ ਸਾਨੂੰ ਆਪਣੀ ਆਵਾਜ਼ ਆ ਰਹੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਜੀ ਵੀਰ ਜੀ, ਦੋਸਾਂਝ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੁਛ ਆਇਆ ਬਾਹਲਾ ਨਹੀਂ, ਦੁਨੀਆ ਬਹੁਤ ਵਿਦਵਾਨ ਆ ਜੀ, ਸਿਰਫ ਕੋਈ ਵੀ ਬੰਦਾ ਸੁਜੈਸ਼ਨ ਦਿੰਦਾ ਹੈ ਨਾ ਆਪਣੇ ਪ੍ਰੋਗਰਾਮ ਦੇ ਵਿੱਚ, ਟਾਈਮ ਬਹੁਤ ਥੋੜ੍ਹਾ ਹੁੰਦਾ ਜੀ। ਉਹ ਆਪਾਂ ਅਮੈਰੀਕਾ ਦੇ ਵਿੱਚ ਆ ਗਏ ਹਾਂ, ਆਪਾਂ ਕਦੇ ਵੀ ਜਦ ਡੈਂਟੀ ਕਦੇ ਵੀ ਆਪਾਂ ਕਾਲ ਕਰਦੇ ਪਹਿਲਾਂ ਆਪਣੀ ਆਈਡੈਂਟੀਫਿਕੇਸ਼ਨ ਦੱਸੀਏ, ਮੇਰਾ ਨਾਂ ਆਇਆ, ਮੈਂ ਫਲਾਣੀ ਥਾਂ ਤੋਂ ਕਾਲ ਕਰ ਰਿਹਾ ਜੀ ਜੀ, ਉਹਦੇ ਨਾਲ ਟਾਈਮ ਦੀ ਸੇਵਿੰਗ ਹੁੰਦੀ ਆ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਂਦਾ ਵੀ ਕਿੱਥੋਂ ਕਾਲ ਆ ਰਹੀ ਹੈ ਜੀ 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 ਜੀ। ਤੇ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਕਹਿਣ ਦਾ ਮਤਲਬ ਜੋ ਮਸਲੇ ਆ ਉਹ ਚੱਲਦੇ ਰਹਿਣੇ ਆ ਜੀ। ਇਹ ਤਾਂ ਏਦਾਂ ਆ ਵੀ ਕਿਸੇ ਟਾਈਮ ਬਾਦਲ ਆ ਗਿਆ, ਕੋਈ ਆ ਗਿਆ, ਤਾਂ ਇਹ ਸੋਚ ਹੋਣੀ ਚਾਹੀਦੀ ਮਹਾਰਾਜ ਜੀ ਅਰਦਾਸ ਆ ਤੇ ਅਸੀਂ ਚੰਗਾ ਕੰਮ ਕਰੀਏ ਫਾਰਵਰਡ ਜਾਈਏ ਜੀ ਜੀ ਜੀ। ਕਿਸੇ ਨੂੰ ਆਪਾਂ ਜੈਲਸ ਦੇ ਨਾਲ ਕਿਸੇ ਨੂੰ ਆਪਾਂ ਉਹ ਗੱਲ ਕਰਦੇ ਆ ਬਾਦਲ ਆ ਗਿਆ ਜਾਂ ਕੋਈ ਆ ਗਿਆ, ਠੀਕ ਆ ਮਨਪ੍ਰੀਤ ਬਾਦਲ ਆ ਰਿਹਾ ਇਜ ਵੈਰੀ ਜੀ ਗੁੱਡ ਗੱਲ ਆ ਜੀ। ਤੇ ਏਦਾਂ ਆ ਬੰਦਾ ਉਹ ਆਵੇ ਜਿਸ ਬੰਦੇ ਨੇ ਫਾਰਵਰਡ ਆਉਣਾ ਦੱਸਣਾ ਤੁਸੀਂ ਕੀ ਕਰ ਰਹੇ ਹੋ, ਹਰ ਬੰਦੇ ਨੂੰ ਚਾਂਸ ਮਿਲਣਾ ਚਾਹੀਦਾ। ਠੀਕ ਹੈ ਜੀ, ਬੜੀ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਸਿਰਫ ਇਹ ਹੀ ਮੇਰੀ ਇੱਕ ਬੇਨਤੀ ਆ ਮੇਰੇ ਸੁਣਨ ਵਾਲੇ ਸਰੋਤਿਆਂ ਨੂੰ ਜੀ, ਲਾਂਬਾ ਸਾਹਿਬ ਨੂੰ ਕਾਲ ਕਰਦੇ ਆ, ਆਪਣਾ ਨਾਂ ਤਾਂ ਪਹਿਲਾਂ ਦੱਸਿਆ ਕਰੋ ਤਾਂ ਕਿ ਉਹਨਾਂ ਦਾ ਟਾਈਮ ਸੇਵਿੰਗ ਹੋ ਜਾਂਦਾ। ਨਾਲ ਇੱਕ ਗੱਲ ਹੋਰ ਕਰੋ ਕਿ ਘੱਟੋ ਘੱਟ ਉਹ ਜ਼ਰੂਰ ਕਰਿਆ ਕਰਨ, ਟੀ ਵੀ ਦੀ ਆਵਾਜ਼ ਨੂੰ ਬੰਦ ਕਰ ਦਿਆ ਕਰਨ, ਨਹੀਂ ਤਾਂ ਆਵਾਜ਼ ਨਹੀਂ ਆਉਂਦੀ। ਸਤਿ ਸ਼੍ਰੀ ਅਕਾਲ, ਬੜੀ ਮਿਹਰਬਾਨੀ ਤੁਹਾਡੀ, ਸ਼ੁਕਰੀਆ, ਧੰਨਵਾਦ ਜੀ। ਸੋ ਇਹ ਜਿਹੜੇ ਵੀ ਵਿਚਾਰ ਹੈਗੇ ਆ ਤੁਹਾਡੇ ਅਤੇ ਸੋਰੀ, ਸੋ ਇਹ ਬਿਲਕੁਲ ਸਹੀ ਹੈ ਕਿ ਸਾਡੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਜਦੋਂ ਵੀ ਤੁਸੀਂ ਸਾਨੂੰ ਫੋਨ ਕਰਦੇ ਹੋ ਅਤੇ ਤੁਸੀਂ ਕਾਲ
करन लगे हाँ अपने टीवी की आवाज़ जरूर बंद कर दो ताकि असी तुहाडी गल सुन सकीए जी। हैलो जी। सो ये जिहड़े भी सजेशनस है तुहाडियां सानू कॉल्स की जिहड़ी ट्रांसफर दे विच कुछ दिक्कत हो रही है साड़ी कोशिश है कि तुहाडे वध तों वध कॉल्स असी लै सकीए पर मुद्दा जिहड़ा सीगा वह बहुत ही गंभीर है बहुत ही साडा मकसद इस प्रोग्राम नू इस गंभीर विषय नू लियाण दा इक्को ही सी कि उन्हां जानकारी जिहड़ी तत्थां दे उत्ते आधारित होए ना कि केवल सुनी सुनाई गल दे उत्ते होए और वो आपने ज़्यादा उस दे विस्तार विच जाण दी जरूरत नहीं। डॉक्टर साहब ने तुहानू ये जरूर दस्या कि तारा 25 उसकी गलत व्याख्या की जा रही है कि शायद उहदे विच साडी होंद दे उत्ते को खतरा है बिल्कुल ऐसी गल नहीं है। हाँ वो लोड़ींदी नहीं सी पर उहदे नाल सिख होंद नू कोई खतरा नहीं सिखां नू सिख ही मन्निया गया बल्कि सही गल तां ये है कि पूरे संविधान दे विच इक्को एक तारा 25 है जिहदे विच सिख की होंद नू रैकोगनाइज़ किया गया है। सो ये है और ख़ास करके उन्होंने ये भी दसिया कि किस वजह करके सिख नुमाइंदे जिहड़े उस वेले सी सरदार जोगिंदर सिंह और जिहड़े दूसरे सन शाह हुकम सिंह उन्होंने संविधान की उस कापी के उत्ते दस्तखत नहीं सी कीते। हैलो हाँ जी कौन बोल रहे जी? अमन अमेरिका तो। जी कौन बोल रहे हो? अमन। हाँ जी अमन जी दसो की कहना चाहते हो? अमन अमेरिका तो। हाँ जी दस हाँ मैं समझ गया जी अमेरिका तो बोल रहे हो। हाँ जी मैं भी अमेरिका तो बोल रहा जी। मैं अमेरिका तो बोल रहा। हाँ दसो की कहना तो। हाँ जी की कहना चाहते हो? सत श्री अकाल। हाँ जी हाँ जी की कहना चाहते हो कुछ कहना चाहते हो इस प्रोग्राम बारे? हाँ जी बहुत सोहना प्रोग्राम है। हाँ जी बहुत सोहना प्रोग्राम है। कितना देर तक चलूगा? अच्छा चलो तुसी टाइम टेबल पता कर लेना उहदे विच सारा आ जाएगा। सो प्यारे दर्शकों ए सी अज दे भारत दे संविधान दे बारे उसकी जानकारी जिहड़ी असी डॉक्टर कश्मीर सिंह जिहड़े हैड ऑफ द डिपार्टमेंट ऑफ लॉ डीन सन उन्होंने राही दित्ती और इस दे बारे तुसी सानू जरूर अपने विचार लिखना असी एक कॉल होर लैके अपना प्रोग्राम समाप्त करांगे। हैलो हैलो जी तुसी लाइन ते हो? हैलो हैलो सत श्री अकाल जी मैं गुरशरण सिंह बोल रहा हां। कित्थों वीर जी? वर्जीनिया तो। जी गुरशरण जी ते मेरा ए इस मसले दे उत्ते सिर्फ एको ही क्वेश्चन हैगा कि जी भी तुसी इस इशू नु इस मुद्दे नु यूनाइटेड स्टेट्स दे विच डिस्कस कर रहे हो जी तुहाडी जिहड़ी देखण वाली जिहड़ी एसले जेंट्री हैगी है जी ओहो मेरे ख्याल नाल के की कहंदे आ अपना ही लाइफ दा एक दुखा हिस्सा हंड बरता चुकी है जी ਤੇ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਇਸ਼ੂ ਦੀ ਰੈਲੇਵੈਂਸ ਜੀ ਇਸ ਮੁਲਕ ਦੇ ਵਿੱਚ ਰਹਿੰਦੇ ਪੰਜਾਬੀ ਡਾਇਸਪੋਰਾ ਦੇ ਜਿਹੜੀ ਯੰਗ ਜਨਰੇਸ਼ਨ ਹੈ ਜੀ ਉਹਨੂੰ ਕਿੱਥੇ ਤੱਕ ਅਪੀਲ ਕਰਦੀ ਹੈ ਜੀ ਬਿਲਕੁਲ ਬੜਾ ਤੁਸੀਂ ਨਾਲ ਮੈਨੂੰ ਇਹ ਵੀ ਦੱਸੋ ਕਿ ਉਹ ਜਿੱਥੇ ਤੱਕ ਇੰਡੀਅਨ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀਆਂ ਕੀ ਕਹਿੰਦੇ ਆ ਅਪਸਾਈਡ ਡਾਊਨ ਕੀ ਕਹਿੰਦੇ ਆ ਜਿਹੜੀਆਂ ਵੀ ਅਟਰੋਸਿਟੀਜ਼ ਹੋਈਆਂ ਨੇ ਉਹਨੂੰ ਉਹ ਇਸ ਮੁਲਕ ਦੇ ਵਿੱਚ ਕਿਹੜੇ ਕੀ ਕਹਿੰਦੇ ਆ ਐਂਗਲ ਤੋਂ ਵੇਖਣ ਜੀ ਬਿਲਕੁਲ ਮੈਨੂੰ ਮੈਂ ਤੁਹਾਡਾ ਜਵਾਬ ਦੇ ਲਵਾਂ ਕਿ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਕਿ ਉਹਦੀ ਰੈਲੇਵੈਂਸ ਇੱਥੇ ਕੀ ਹੈ ਬਹੁਤ ਹੀ ਸੰਖੇਪ ਵਿੱਚ ਆਪ ਨੂੰ ਦੱਸਦੇ ਹਾਂ ਇੱਥੇ ਦਾ ਡਾਇਸਪੋਰਾ ਇੰਨਾ ਐਕਟਿਵ ਹੈ ਕਿ ਉਹ ਜਿੰਨੇ ਪੰਜਾਬ ਦੇ ਇਸ਼ੂਜ਼ ਹੈ ਭਾਵੇਂ ਛੋਟੇ ਹੈ ਭਾਵੇਂ ਵੱਡੇ ਹੈ ਉਹ ਆਪਣੇ ਖਿਆਲਾਂ ਦਾ ਇਜ਼ਹਾਰ ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਖੁੱਲ੍ਹ ਕੇ ਔਰ ਬੜੀ ਉੱਚੀ ਔਰ ਤਿੱਖੀ ਸੁਰ ਨਾਲ ਕਰਦੇ ਹੈ ਔਰ ਇੱਕ ਗੱਲ ਹੋਰ ਵੀ ਤੁਹਾਨੂੰ ਦੱਸਦੇ ਹਾਂ
साड़ी लीडरशिप साढ़े आगू इत्थे दी आवाज़ ज़्यादा सुनते हैं। जेकर बरनाले तो बठिंडे तो या जलंधर तो आवाज़ आई होएगी उदा ध्यान नहीं देंदे, पर जिहड़ी आवाज़ इत्थे आंदी है क्योंकि उन्होंने इत्थे आना हुंदा है वो तुहाडी गल ध्यान नाल सुनते हैं। इत्थों जिहड़ी भी गल अखबारां च आंदी है, अखबारां दा मतलब जिहड़ा इत्थे दा नैशनल मीडिया या वड्डा मीडिया, उसनों बहुत ही गंभीरता नाल रहिंदे हैं। तीसरी गल कि इत्थे दी सारी जिहड़ी डायसपोरा है, सारा डायसपोरा है वो पंजाब दे छोटे और वड्डे मसलियां नाल जुड़िया होया, टुटा होया नहीं है। उन्हां नूं कंसर्न भी है और उहदे विच दखल भी दिंदे है और उत्थे जा के उहदे विच हिस्सा भी पाना चाहते हैं। समां इजाजत नहीं दिंदा, अगले बुधवार नूं एक प्रोग्राम मुद्दा लैके फिर हाज़र होवांगे 8:30 बजे ईस्टर्न टाइम। तद तक इजाजत दो, बहुत बहुत शुक्रिया, धन्यवाद।